ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਮਾਰਾ ਡੇਅਰੀ ਫਾਰਮ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਗੱਲ ਕਰਾਂਗੇ ਜੀ ਇੱਕ ਫੋਗਿੰਗ ਮਸ਼ੀਨ ਬਾਰੇ, ਜੋ ਮੱਛਰਾਂ ਵਾਸਤੇ ਬਹੁਤ ਫਾਇਦੇਮੰਦ ਆ, ਜਿਵੇਂ ਕਿ ਪਸ਼ੂਆਂ ਦੇ ਮੱਛਰ ਜਾਂ ਡੇਂਗੂ ਵਾਲੇ ਮੱਛਰ ਹੁੰਦੇ ਆ, ਜੋ ਪਿੰਡਾਂ ਵਿੱਚ ਆਪਾਂ ਪਹਿਲਾਂ ਵੀ ਸਪਰੇਅ ਵੈਸੇ ਸਰਕਾਰੀ ਤੌਰ 'ਤੇ ਆਉਂਦੇ ਅਸੀਂ ਸਪਰੇਅ ਕਰਨ, ਅਤੇ ਇੱਕ ਰਤਨ ਵਾਲਿਆਂ ਨੇ ਮਸ਼ੀਨ ਬਣਾਈ ਹੈ ਇੱਕ, ਇਹ ਜੋ ਤੁਹਾਨੂੰ ਹੁਣ ਅਸੀਂ ਚਲਾ ਕੇ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਚੱਲਦੀ ਆ। ਅਤੇ ਇਹਦੇ ਵਿੱਚ ਜੋ ਡੀਜ਼ਲ ਪੈਂਦਾ ਅਤੇ ਨਾਲ ਡੈਲਟਾ ਮਾਈਥਰੀਨ, ਉਹਦੇ 2 ਡਰੋਪਸ ਉਹਦੇ ਪਾਉਣੇ ਹੁੰਦੇ ਆ। ਅਤੇ ਉਸ ਤੋਂ ਬਾਅਦ ਇਹਨੂੰ ਚਲਾ ਦੇਣਾ, ਅਤੇ ਇਹਦੇ ਵਿੱਚ ਗੈਸ ਜਿਹੜੀ ਆ ਸਿਲੰਡਰ, ਗੈਸ ਸਿਲੰਡਰ ਇੱਕ ਲੱਗ ਜਾਂਦਾ ਜੀ। ਅਤੇ ਹੁਣ ਤੁਸੀਂ ਦੇਖ ਸਕਦੇ ਹੋ ਕਿਵੇਂ ਜੋ ਇਹ ਧੂੰਆਂ ਇਹਦਾ ਬਿਲਕੁਲ, ਜਿਵੇਂ ਵੱਡੇ ਡੇਅਰੀ ਫਾਰਮ ਆ ਜਾਂ ਘਰਾਂ ਦੇ ਵਿੱਚ ਆਪਾਂ ਨੂੰ ਲੋੜ ਪੈਂਦੀ ਆ, ਤਾਂ ਹਰ ਕੋਨੇ ਵਿੱਚ ਇਸਦਾ ਧੂੰਆਂ ਜੋ ਹੈ ਚਲਿਆ ਜਾਂਦਾ। ਅਤੇ ਦੇਖ ਸਕਦੇ ਹਾਂ ਬਹੁਤ ਦੂਰ ਤੱਕ ਵੀ, ਜਿਵੇਂ ਕਿ ਹੁਣ ਤੁਸੀਂ ਦੇਖ ਸਕਦੇ ਹਾਂ ਧੂੰਆਂ ਇਹਦਾ ਕਿੰਨੇ ਦੂਰ ਤੱਕ ਜਾ ਰਿਹਾ ਵਾ। ਅਤੇ ਇਸ ਤਰ੍ਹਾਂ ਇਸਨੂੰ ਆਪਾਂ ਇਹ ਚਲਾਉਣਾ ਵਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਜੋ ਇਹ ਮਸ਼ੀਨ ਹੈ ਇਹਦਾ ਨਾਮ ਕੀ ਹੈ ਜੀ? ਇਹਦਾ ਨਾਮ ਹੈ ਜੀ ਫੋਗਿੰਗ ਮਸ਼ੀਨ ਹੈ ਇਹ। ਠੀਕ ਹੈ ਜੀ। ਇਹਦੇ ਵਿੱਚ 2 ਲੀਟਰ ਡੀਜ਼ਲ ਪੈਂਦਾ, ਹਾਂਜੀ, ਅਤੇ 1 ਗੈਸ ਦਾ ਸਿਲੰਡਰ ਲੱਗਦਾ। ਠੀਕ ਹੈ ਜੀ। ਇਹਦੇ ਵਿੱਚ ਆਪਾਂ 2 ਡਰੋਪਸ ਡੈਲਟਾ ਮਾਈਥਰੀਨ ਦਵਾਈ ਦੇ ਪਾ ਕੇ, ਹਾਂਜੀ, ਆਪਾਂ ਮੱਛਰ ਵਾਸਤੇ ਸਭ ਤੋਂ ਦੀ ਬੈਸਟ ਇਹਦਾ ਰਿਜ਼ਲਟ ਹੈ। ਠੀਕ ਹੈ ਜੀ। ਇਹਦੇ ਨਾਲ ਕੀ ਹੈ ਵੀ ਜਿੱਥੇ ਆਪਾਂ ਖੁੱਡਾਂ ਦੇ ਵਿੱਚ ਮੱਛਰ ਵੜ ਚੁੱਕੇ ਮਰਦਾ ਨਹੀਂ ਗਾ, ਉੱਥੇ ਵੀ ਮੱਛਰਾਂ ਦੇ ਕੰਮ ਕਰਦੀ ਹੈ। ਠੀਕ ਹੈ ਜੀ, ਠੀਕ ਹੈ, ਠੀਕ ਹੈ। ਅਤੇ ਜਿਹੜਾ ਗੈਸ ਸਿਲੰਡਰ ਇਹ ਕਿੰਨੇ ਕੁ ਦਾ ਲੱਗਦਾ ਜੀ ਇਹਦੇ ਵਿੱਚ? ਇਹ 100 ਰੁਪਏ ਦਾ ਸਿਲੰਡਰ ਲੱਗਦਾ ਜੀ, ਹਾਂਜੀ, ਅਤੇ 2 ਲੀਟਰ ਡੀਜ਼ਲ ਲੱਗਦਾ ਜੀ। ਠੀਕ ਹੈ ਜੀ। ਅਤੇ ਕਿੰਨਾ ਟਾਈਮ ਚੱਲ ਜਾਂਦੀ ਹੈ? ਇਹ ਤਕਰੀਬਨ ਜੀ, ਜੇ ਆਪਾਂ ਘਰਾਂ ਦੇ ਵਿੱਚ ਕਰਨੀ ਹੈ ਤਾਂ 15 ਘਰਾਂ ਦੇ ਵਿੱਚ ਵਧੀਆ ਹੋ ਜਾਂਦੀ ਹੈ। ਅੱਛਾ ਜੀ। ਅਤੇ ਜਿਵੇਂ ਆਪਾਂ ਜੇ ਡੇਅਰੀ ਫਾਰਮ ਦੇ ਵਿੱਚ ਕਿਸੇ 'ਚ ਕਰਦੇ ਹਾਂ ਤਾਂ ਉਹ ਕਿੰਨਾ ਕੁ ਟਾਈਮ ਆਪਾਂ ਨੂੰ? ਉਹ ਡੇਅਰੀ ਫਾਰਮ ਦੇ ਸਾਈਜ਼ ਦੇ ਮੁਤਾਬਕ ਹੈ ਜੀ, ਕਿੰਨੇ ਪਸ਼ੂ ਹੈ, ਕੀ ਹਿਸਾਬ ਕਿਤਾਬ ਹੈ। ਠੀਕ ਹੈ। ਜੇ ਛੋਟਾ ਡੇਅਰੀ ਫਾਰਮ ਹੈ ਉਹਦੇ ਤਕਰੀਬਨ ਇਹ 15 ਦਿਨ ਚੱਲ ਜਾਂਦਾ ਜੀ, 15 ਦਿਨ ਲਗਾਤਾਰ ਜੇ ਉਸ ਮਾਰਦਾ। ਠੀਕ ਹੈ ਜੀ, ਠੀਕ ਹੈ। ਅਤੇ ਜਿਹੜਾ ਇਹ ਚਲਾਉਣਾ, ਇਹਨੂੰ ਆਪਾਂ ਇੱਕ ਵਾਰ ਜੋ ਯੂਜ਼ ਕਰ ਲਏ ਉਦੋਂ ਬਾਅਦ ਆਪਣੇ ਆਪ ਬੰਦ ਹੋ ਜਾਂਦਾ ਵਾ? ਹਾਂ, ਇਹਦੇ 'ਚ ਹੀ ਆ ਸਿਲੰਡਰ ਦਿੱਤਾ ਵਿਆ, ਮਗਰ ਹਾਂਜੀ ਜਿਵੇਂ ਆਪਾਂ ਇਹਨੂੰ ਯੂਜ਼ ਕਰ ਲਿਆ, ਯੂਜ਼ ਕਰਨ ਤੋਂ ਬਾਅਦ ਇਹਨੂੰ ਇੱਥੋਂ ਬੰਦ ਕਰ ਦਿਓ। ਠੀਕ ਹੈ ਜੀ। ਗੈਸ ਇਹਦੀ ਬੰਦ ਕਰ ਦਿਓ ਅਤੇ ਇਹ ਬੰਦ ਹੋ ਜਾਂਦਾ, ਨਾਲ ਇੱਥੇ ਵਾਟਰ ਕੈਨ ਲੱਗਿਆ ਹੋਵੇਗਾ। ਹਾਂਜੀ, ਇੱਕ ਵਾਟਰ ਕੈਨ ਹੈ ਨਾਲ, ਇੱਥੇ ਇਹਦੇ ਨਾਲ ਅਟੈਚ ਹੋ ਜਾਂਦਾ ਵਾਟਰ ਕੈਨ। ਠੀਕ, ਵੀ ਇਹ ਗਰਮ ਹੋ ਗਈ ਜਿਵੇਂ ਮਸ਼ੀਨ, ਅਦੂ ਬਾਅਦ ਪਾਣੀ ਇਹਦੇ 'ਚੋਂ ਬਾਹਰ ਕੱਢ ਦਿਓ ਵੀ ਇਹ ਠੰਡੀ ਹੋ ਜਾਂਦੀ ਹੈ। ਠੀਕ ਹੈ ਜੀ, ਠੀਕ ਹੈ, ਠੀਕ ਹੈ। ਵੀ ਜਵਾਕ ਵਗੈਰਾ ਇਹਨੂੰ ਹੱਥ ਨਾਲ ਲਾ ਲੈਣਾ। ਹਾਂਜੀ, 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 ਹਾਂਜੀ। ਇਹਦਾ ਵੈਸੇ ਕੋਈ ਸਾਈਡ ਇਫੈਕਟ ਨਹੀਂ ਹੈ, ਕੋਈ ਇਹਦਾ ਨੁਕਸਾਨ ਨਹੀਂ ਹੈ। ਠੀਕ ਹੈ ਜੀ। ਅਤੇ ਇਹਦਾ ਰੇਟ ਕਿੰਨਾ ਜੀ? ਇਹਦਾ ਰੇਟ ਜੀ 6000 ਰੁਪਏ ਹੈ। ਠੀਕ ਹੈ ਜੀ। ਜਿਹਦੇ ਵਿੱਚ ਅਸੀਂ 6 ਮਹੀਨਿਆਂ ਦੀ ਇਹਦੀ ਗਰੰਟੀ ਦਿੰਦੇ ਹਾਂ ਜੀ। ਅੱਛਾ ਜੀ। ਇਹਦੇ ਵਿੱਚ ਬੈਟਰੀ ਪੈਂਦੀ ਨਹੀਂ ਜੀ? ਇਹ ਸਿਲੰਡਰ 'ਤੇ ਚੱਲਦੀ ਹੈ ਅਤੇ ਡੀਜ਼ਲ 'ਤੇ ਬਸ। ਠੀਕ ਹੈ ਜੀ। ਇਹ ਸੋਚੋ ਜੀ, ਸਿਲੰਡਰ ਹੈ ਨਾ ਜੀ, ਆਹ ਕਿਵੇਂ ਆਪਣਾ ਗੈਸ ਗੀਜ਼ਰ ਨਹੀਂ ਹੁੰਦਾ ਗਾ, ਉਸ ਹਿਸਾਬ ਨਾਲ ਵੀ ਇੱਥੋਂ ਔਨ ਹੋ ਜਾਂਦੀ ਹੈ। ਠੀਕ ਹੈ ਜੀ। ਜਾਣੀ ਕਿ ਆ ਜਦੋਂ ਆ ਗੈਸ ਇਹਦੇ 'ਚ ਆਊਗੀ, ਇੱਥੋਂ ਬਾਹਰ ਆਊਗੀ, ਹਾਂਜੀ, ਆਹ ਇਹਨੂੰ ਆਪਾਂ ਔਨ ਕਰਾਂਗੇ ਤਾਂ ਇੱਥੇ ਅੱਗ ਲੱਗ ਜਾਣੀ ਹੈ। ਅੱਛਾ ਜੀ। ਉਹਦੇ ਨਾਲ ਹੀਟ ਹੋ ਕੇ ਡੀਜ਼ਲ ਦਾ ਇਹ ਪ੍ਰੈਸ਼ਰ ਬਣਾਉਂਦੀ ਆ, ਉਹਦੇ ਨਾਲ ਧੂੰਆਂ ਬਾਹਰ ਆਉਂਦਾ। ਠੀਕ ਹੈ ਜੀ। ਇਹ ਪੰਪ ਵਿੱਚੋਂ ਡੀਜ਼ਲ ਚੱਕਦਾ? ਹਾਂਜੀ, ਹਾਂਜੀ, ਪੰਪ ਡੀਜ਼ਲ ਚੱਕਦਾ। ਇਹਨੂੰ ਕਿੰਨੇ ਵਾਰੀ ਪੰਪ ਮਾਰਨਾ? ਇਹ ਜੀ ਕਲਿੱਕ ਕੱਟੋ ਬਸ, ਮਿਨੀਮਮ 5 ਤੋਂ 6 ਵਾਰ ਕਲਿੱਕ ਕਰਕੇ ਅਦੂ ਬਾਅਦ ਮਸ਼ੀਨ ਔਨ ਹੋ ਜਾਂਦੀ ਹੈ, ਚੱਲ ਪੈਂਦੀ ਹੈ। ਅੱਛਾ ਜੀ। ਫਿਰ ਸਰ ਜਿਵੇਂ ਜਦੋਂ ਤੁਸੀਂ 2 ਲੀਟਰ ਡੀਜ਼ਲ ਆ ਉਦੋਂ ਤੋਂ ਹੀ ਚੱਲੀ ਜਾਣੀ ਹੈ ਲਗਾਤਾਰ ਆਪਣੇ ਆਪ? ਹਾਂ, ਬਸ ਇੱਥੋਂ ਕਲਿੱਕ ਕਰੀ ਜਾਓ। ਅੱਛਾ ਜੀ, ਇਹ ਚੱਲੀ ਜਾਏਗੀ। ਠੀਕ ਹੈ ਜੀ। ਅਤੇ ਜਿਵੇਂ ਆਪਾਂ ਨੇ ਕਹੀ ਹੁਣ ਜੇ ਦੂਰ ਕੋਈ ਮੰਗਵਾਉਣਾ ਚਾਹੇ ਇਸ ਨੂੰ ਤਾਂ ਤੁਹਾਡੇ ਤੋਂ ਉਹ ਬਾਈ ਟਰਾਂਸਪੋਰਟ ਭੇਜ ਦਿੰਦੇ? ਭੇਜ ਦਿੰਦੇ ਹਾਂ ਜੀ। ਹਾਂਜੀ, ਠੀਕ ਹੈ ਜੀ। ਉਹਦੇ ਵਿੱਚ ਸਾਡੇ ਅਕਾਊਂਟ ਦੇ ਵਿੱਚ ਪੇਮੈਂਟ ਪਵਾ ਦੇ ਅਗਲਾ? ਹਾਂਜੀ। ਅਤੇ
ਬਾਏ ਕੋਰੀਅਰ ਜਾਂ ਬਾਏ ਟਰਾਂਸਪੋਰਟ ਅਗਲੇ ਕੋਲ ਐਫ ਓ ਆਰ ਚ ਆਊਗੀ, ਠੀਕ ਹੈ, ਉਹਦੇ ਘਰੇ ਯਾਨੀ ਕਿ ਹੋਮ ਡਿਲੀਵਰੀ ਹੈ ਸਾਡੀ ਇਹਦੀ। ਅਤੇ ਜਿਵੇਂ ਜਿਹੜੇ ਡੇਂਗੂ ਵਾਲੇ ਮੱਛਰ ਹੁੰਦੇ ਆ, ਹਾਂ ਉਹਦੇ 'ਤੇ ਪੂਰਾ ਕੰਟਰੋਲ ਕਰੇਗੀ ਨਾ ਜੀ, ਠੀਕ ਹੈ, ਇਹ ਸਹੀ ਦੀ ਬੈਸਟ ਦਾ ਡੇਂਗੂ ਵਾਸਤੇ ਸਭ ਤੋਂ ਬੈਸਟ ਹੈ। ਜਿਵੇਂ ਹੋਰ ਇੱਕ ਕੀ ਕੰਮ ਆਉਂਦੀ ਹੈ, ਜਿਵੇਂ ਆਪਾਂ ਪਾਈਪ ਲਾਈਨ ਵਿਛਾਉਂਦੇ ਹਾਂ ਜ਼ਮੀਨ ਦੇ ਥੱਲੇ, ਹਾਂਜੀ, ਉਹਦੀ ਪਾਈਪ ਲਾਈਨ ਦੀ ਲੀਕੇਜ ਚੈੱਕ ਕਰਨ ਵਾਸਤੇ ਵੀ ਕੰਮ ਆਉਂਦੀ ਹੈ, ਠੀਕ ਹੈ ਜੀ। ਜਦੋਂ ਪਾਈਪ ਲਾਈਨ ਵਿਛ ਗਈ ਉਹਦੇ ਇੱਕ ਸਿਰੇ ਤੋਂ ਤੁਸੀਂ ਇਹਦਾ ਪ੍ਰੈਸ਼ਰ ਛੱਡ ਦਿਓ, ਜਿੱਥੋਂ ਲੀਕੇਜ ਹੋਊਗੀ ਉਹਦੀ ਪਤਾ ਲੱਗ ਜੂਗਾ। ਇਸ ਨੂੰ ਚਲਾ ਕੇ ਦਿਖਾ ਦਿਓ ਜੀ। ਆਹ ਭਾਅ ਜੀ ਇਹਦਾ ਗੈਸ ਸਿਲੰਡਰ ਹੈ, ਪਹਿਲਾਂ ਮੈਂ ਤੁਹਾਨੂੰ ਸਾਰਾ ਦੁਆਰ ਤੋਂ ਸਮਝਾਉਣਾ। ਆਹ ਗੈਸ ਉੱਤਰ ਗਈ ਜੀ, ਹਾਂਜੀ, ਆਹ ਗੈਸ ਲੱਗ ਗਈ ਜੀ, ਠੀਕ ਹੈ ਜੀ। ਆਹ ਇੱਥੋਂ ਗੈਸ ਛੱਡੀ ਜਾਣੀ ਹੈ ਜੀ, ਆਹ ਇੱਥੋਂ ਹੁਣ ਇਹ ਚੱਲ ਪਈ ਜੀ ਮਸ਼ੀਨ, ਠੀਕ ਹੈ ਜੀ। ਇਹਨੂੰ ਇੱਕ ਅੱਧਾ ਮਿੰਟ ਜਾਣੀ ਕਿ ਅੱਧਾ ਕੁ ਮਿੰਟ ਇਹਨੂੰ ਚੱਲਣ ਦਿਉ ਵੀ ਇਹ ਗਰਮ ਹੋ ਜਾਵੇ, ਗਰਮ ਹੋ ਜਾਵੇ। ਅੱਧੂ ਬਾਅਦ ਇਹਨੂੰ ਕਲਿੱਕ ਕਰੋ ਜੀ, ਇੱਥੋਂ ਇਹਦਾ ਪ੍ਰੈਸ਼ਰ ਬਣ ਜਾਣਾ ਜੀ, ਅੱਧੂ ਬਾਅਦ ਇਹਨੂੰ ਆਹ ਕਲਿੱਕ ਕਰਨਾ ਸ਼ੁਰੂ ਕਰ, ਠੀਕ ਹੈ ਜੀ। ਤੇਜ਼ ਜ਼ਿਆਦਾ ਕਰਤੀ ਸੀ। ਉਮੀਦ ਕਰਦੇ ਹਾਂ ਜੀ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ। ਜੇ ਤੁਸੀਂ ਇਹਨਾਂ ਦਾ ਕੰਟੈਕਟ ਨੰਬਰ ਲੈਣਾ ਚਾਹੁੰਦੇ ਆ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਥੱਲੇ ਮੈਂ ਕੰਟੈਕਟ ਨੰਬਰ ਇਹਨਾਂ ਦੇ ਦਿੱਤੇ ਆ, ਇੱਥੇ ਤੁਸੀਂ ਕੰਟੈਕਟ ਕਰ ਸਕਦੇ ਆ। ਧੰਨਵਾਦ।